ਵਿੱਚ ਅਸੀਂ ਬੈਠੇ ਹੋਏ ਹਾਂ 2315 ਨੰਬਰ ਕੋਠੀ ਸੀ ਬਲਾਕ ਰਣਜੀਤ ਐਵਨਿਊ ਬਹੁਤ ਹੀ ਪੌਸ ਏਰੀਆ ਹੈ 500 ਗਜ ਦੀ ਕੋਠੀ ਹੈ ਇਹ ਕੋਠੀ 2019 ਦੇ ਵਿੱਚ ਸਰਦਾਰ ਕਮਲਜੀਤ ਸਿੰਘ ਜੀ ਨੇ ਰਜਿਸਟਰੀ ਕਰਾਈ ਸੀ ਔਰ ਸਾਰਾ ਕੁਛ ਨੀਟ ਐਂਡ ਕਲੀਨ ਕੋਈ ਵੀ ਉਹਦੇ ਵਿੱਚ ਮਤਲਬ ਕਿੰਤੂ ਪਰੰਤੂ ਨਹੀਂ ਇੱਕ ਦਿਨ ਕੁਛ ਵਿਅਕਤੀ ਇਹਨਾਂ ਨੇ ਇਹਨਾਂ ਨੂੰ ਅਪਰੋਚ ਕੀਤਾ ਕਿ ਇਸ ਕੋਠੀ 'ਤੇ ਲੋਨ ਹੈ ਅਤੇ ਤੁਸੀਂ 2-4 ਦਿਨਾਂ ਦੇ ਵਿੱਚ ਬੈਂਕ ਨੇ ਕਬਜ਼ਾ ਲੈ ਲੈਣਾ ਹੈ ਬੈਂਕ ਨੇ ਕਬਜ਼ਾ ਲੈ ਲੈਣਾ ਹੈ ਬੇਸਿਕਲੀ ਇਹ ਜੋ ਪ੍ਰੈਸ ਬਰੀਫਿੰਗ ਹੈ ਲੈਂਡ ਮਾਫੀਆ ਬੈਂਕ ਮਾਫੀਆ ਲੂਟ ਮਾਫੀਆ ਮਨੀ ਮਾਫੀਆ ਅਤੇ ਗੈਂਗਸਟਰਸ ਦਾ ਇਹਨਾਂ ਦੇ ਨਾਲ ਜੋ ਲਿੰਕ ਹੈ ਉਸ ਚੀਜ਼ ਨੂੰ ਲੈ ਕੇ ਹੈ ਅਤੇ ਇੱਕ ਬੜਾ ਗਏ ਕਿ ਦੇਖੋ ਜੀ ਲੋਨ ਤਾਂ ਕੋਈ ਹੈ ਨਹੀਂ ਔਰ ਮੈਂ ਇੱਕ ਨੰਬਰ ਦੇ ਵਿੱਚ ਰਜਿਸਟਰੀ ਕਰਾਈ ਹੈ 2019 ਦੇ ਵਿੱਚ ਫਿਰ ਦੇਖੋ ਸਾਰਾ ਓਰਿਜਿਨਲ ਕਾਗਜ਼ ਇਹਨਾਂ ਦੇ ਕੋਲ ਤਾਂ ਬੈਂਕ ਦਾ ਲੋਨ ਕਿਸ ਤਰ੍ਹਾਂ ਹੋ ਸਕਦਾ ਹੈ ਫਿਰ ਇੱਕ ਦਿਨ ਇਹ ਚਿੱਠੀ ਆ ਗਈ ਜੀ 27/9/2022 ਨੂੰ 27/9/2022 ਨੂੰ ਬਾ ਅਦਾਲਤ ਸ਼੍ਰੀ ਸੁਰਿੰਦਰ ਸਿੰਘ PCS ADC ਕਮ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਇਹਦੇ ਵਿੱਚ ਉਹਨਾਂ ਨੇ ਆਰਡਰ ਕਰ ਦਿੱਤਾ ਕਿ ਇਸ ਕੋਠੀ ਦਾ ਇੱਕ ਸਰਫਾਸੀ ਐਕਟ ਹੁੰਦਾ ਹੈ ਜੀ ਸਰਫਾਸੀ ਕਿ ਲੋਨ ਕਿਸੇ ਨੇ ਮੰਨ ਲਓ ਨਹੀਂ ਚੁਕਾਇਆ ਡਿਫਾਲਟਰ ਹੋ ਗਏ ਤਾਂ ਉਸ ਕੋਠੀ ਦਾ ਕਬਜ਼ਾ ਜਾਂ ਪਲੋਟ ਦਾ ਕਬਜ਼ਾ ਪ੍ਰੋਪਰਟੀ ਦਾ ਕਬਜ਼ਾ ਬੈਂਕ ਨੂੰ ਚਲਾ ਜਾਂਦਾ ਹੈ ਤਾਂ 27/9 ਨੂੰ ADC ਸਾਹਿਬ ਅੰਮ੍ਰਿਤਸਰ ਨੇ ਇੱਕ ਆਰਡਰ ਕੱਢ ਦਿੱਤਾ ਕਿ ਬੈਂਕ ਦੇ ਕੋਲ ਹੁਣ ਇਸ ਦਾ ਕਬਜ਼ਾ ਚਲਾ ਜਾਏਗਾ ਉਹਨਾਂ ਨੇ ਪੁਲਿਸ ਨੂੰ ਅਤੇ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾ ਦਿੱਤੀ ਨਾਇਬ ਤਹਿਸੀਲਦਾਰ ਅੰਮ੍ਰਿਤਸਰ 2 ਅਤੇ ਪੁਲਿਸ ਨੂੰ ਕਿ ਇਹ ਕਬਜ਼ਾ ਤੁਸੀਂ ਇਸ ਕੋਠੀ ਦਾ ਬੈਂਕ ਨੂੰ ਕਰਾਓ ਹੁਣ ਉਹ ਬੈਂਕ ਕੌਣ ਹੈ ਦੇਖੋ ਬੈਂਕ ਹੈ ਕੋਟਕ ਮਹਿੰਦਰਾ ਅਸੀਂ ਚਲੋ ਫਾਈਟ ਕੀਤਾ ਜੀ ਕਿ ਇਹ ਹੋ ਕਿਸ ਤਰ੍ਹਾਂ ਸਕਦਾ ਹੈ ਇੰਪਰੂਵਮੈਂਟ ਟਰੱਸਟ ਦੇ ਵਿੱਚ ਅਸੀਂ ਅਪਰੋਚ ਕੀਤਾ ਹੋਰ ਕਈ ਦਫ਼ਤਰਾਂ ਦੇ ਵਿੱਚ ਅਸੀਂ ਅਪਰੋਚ ਕੀਤਾ ਜਦੋਂ ਸਾਰਾ ਡਾਕੂਮੈਂਟਸ ਇਹਨਾਂ ਦੇ ਕੋਲ ਹੈ ਤਾਂ ਲੋਨ ਕਿਸ ਤਰ੍ਹਾਂ ਹੋ ਸਕਦਾ ਹੈ ਠੀਕ ਹੈ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕੋਈ ਲੋਨ ਇੱਕ ਸੀਗਾ ਲੇਕਿਨ ਉਹ ਇਹਨਾਂ ਤੋਂ ਹਾਈਡ ਕੀਤਾ ਗਿਆ ਸੀ ਲੇਕਿਨ ਲੋਨ ਤਾਂ ਵੀ ਸਟੇਜ ਸੀਗਾ ਔਰ ਉਹ ਜਿਹੜਾ ਲੋਨ ਸੀ ਉਹ ਸਿਟੀ ਫਾਈਨੈਂਸ ਕੰਪਨੀ ਦਾ ਸੀ ਉਹ ਕੰਪਨੀ ਡਿਫੰਕਟ ਹੋ ਗਈ ਸੀਗੀ ਅਤੇ ਕੋਟਕ ਮਹਿੰਦਰਾ ਨੇ ਉਸ ਲੋਨ ਨੂੰ ਟੇਕ ਓਵਰ ਕਰ ਲਿਆ ਸੀ ਉਹ ਬਹੁਤ ਪਹਿਲਾਂ ਦੀ ਗੱਲ ਹੈ ਉਹਦੇ ਉੱਤੇ ਵੀ ਸਟੇ ਹੋ ਗਿਆ ਸੀ ਸਭ ਕੁਛ ਹੋ ਗਿਆ ਅਸੀਂ ਜਦੋਂ ਕਾਗਜ਼ ਕਢਵਾਏ ਜੀ ਤਾਂ ਇਹ ADC ਦੀ ਅਦਾਲਤ ਦੇ ਵਿੱਚ ਇਹ ਕਾਗਜ਼ ਦਿੱਤਾ ਗਿਆ ਸੀ ਇਹਦੇ ਵਿੱਚ ਰਜਿੰਦਰ ਦਈਆ ਨਾਂ ਦਾ ਇੱਕ ਵਿਅਕਤੀ ਹੈ ਜੋ ਉਸ ਬੈਂਕ ਦਾ ਆਥੋਰਾਈਜ਼ਡ ਆਫਿਸਰ ਆਪਣੇ ਆਪ ਨੂੰ ਕਹਿ ਕੇ ਇਹ ਐਪਲੀਕੇਸ਼ਨ ADC ਦੀ ਅਦਾਲਤ ਦੇ ਵਿੱਚ ਉਹਨੇ ਪਾਈ ਕਿ ਇਸ ਕੋਠੀ ਦੇ ਉੱਤੇ ਜੋ ਲੋਨ ਹੈ ਕੋਠੀ ਦਾ ਜਿਹੜਾ ਓਨਰ ਹੈ ਉਹ ਡਿਫਾਲਟਰ ਹੋ ਗਿਆ ਹੈ ਕੋਠੀ ਦਾ ਕਬਜ਼ਾ ਕੋਟਕ ਮਹਿੰਦਰਾ ਨੂੰ ਦਿੱਤਾ ਜਾਵੇ 13 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਪਾਈ ਹੈ ਅਤੇ 27 ਤਰੀਕ ਨੂੰ 9ਵੇਂ ਮਹੀਨੇ ਦੇ ਵਿੱਚ ਆਰਡਰ ਵੀ ਹੋ ਗਿਆ ਜੀ ਸਭ ਤੋਂ ਵੱਡੀ ਗੱਲ ਕਿ ਜਦੋਂ ਤੁਸੀਂ ਆਰਡਰ ਕਰ ਰਹੇ ਹੋ ਕੋਠੀ ਅੰਮ੍ਰਿਤਸਰ ਦੀ ਹੈ ਅਦਾਲਤ ਅੰਮ੍ਰਿਤਸਰ ਦੀ ਹੈ ਇੱਕ ਵਾਰੀ ਨੋਟਿਸ ਤਾਂ ਅਗਲੇ ਨੂੰ ਦੇਣਾ ਚਾਹੀਦਾ ਹੈ ਕਿ ਹਾਂ ਜੀ ਤੁਹਾਡੇ ਖਿਲਾਫ਼ ਮਤਲਬ ਇਹ ਸਾਰਾ ਕੁਛ ਹੈ ਔਰ ਜੋ ਇੰਪਰੂਵਮੈਂਟ ਟਰੱਸਟ ਦਾ ਰਿਕਾਰਡ ਹੈ ਉਹ ਵੀ ਇਹਨਾਂ ਦੇ ਕੋਲ ਹੈ ਸਾਰਾ ਕੁਛ ਇਹਨਾਂ ਦੇ ਕੋਲ ਹੈ A to Z ਹੈ ਫਿਰ ਅਸੀਂ ਫਾਈਟ ਕੀਤਾ ਜੀ ਅਸੀਂ ਕਿਹਾ ਕਿ ਰਜਿੰਦਰ ਦਹੀਆ ਜੀ ਤੁਸੀਂ ਆਓ ਤੁਹਾਨੂੰ ਅਸੀਂ ਕੋਠੀ ਦਾ ਕਬਜ਼ਾ ਹੀ ਦੇ ਦੇਣੇ ਹਾਂ ਜੀ ਹੁਣ ਦੇਖੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਫਰੋਡ ਸਾਰਾ ਸਾਹਮਣੇ ਆ ਗਿਆ ਤਾਂ ਹੁਣ ਕੋਈ ਰਜਿੰਦਰ ਦਹੀਆ ਆ ਕੇ ਰਾਜੀ ਨਹੀਂ ਹੈ ਅਸੀਂ ਅੱਜ ਵੀ ਚੈਲੰਜ ਕਰਦੇ ਹਾਂ ਕਿ ਰਜਿੰਦਰ ਦਹੀਆ ਨਾਂ ਦਾ ਕੋਈ ਵਿਅਕਤੀ ਹੋਵੇ ਤਾਂ ਆਵੇ ਕੋਠੀ ਦਾ ਕਬਜ਼ਾ ਲੈ ਕੇ ਜਾਵੇ ਜੀ ਤੁਸੀਂ ਸੋਚ ਸਕਦੇ ਹੋ ਕਿ ਲੈਂਡ ਮਾਫੀਆ ਕਿੰਨਾ ਜ਼ਿਆਦਾ ਸਰਗਰਮ ਹੈ ਜੀ ਲੇਕਿਨ ਉਹਨਾਂ ਨੂੰ ਪਤਾ ਨਹੀਂ ਹੈ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਠੀਕ ਹੈ ਸਿਸਟਮ ਦੇ ਵਿੱਚ ਹੁਣ ਕਾਫੀ ਟ੍ਰਾਂਸਪੇਰੈਂਸੀ ਆਈ ਹੈ ਠੀਕ ਹੈ ਤਾਂ ਹੁਣ ਦੇਖੋ ਅਸੀਂ ਰਾਜਿੰਦਰ ਦਹੀਆ ਨੂੰ ਆਪ ਲੱਭ ਰਹੇ ਹਾਂ ਜੀ ਕਿ ਤੁਸੀਂ ਆਓ ਹਿੰਮਤ ਹੈ ਤਾਂ ਤੁਸੀਂ ਕੋਠੀ ਦਾ ਕਬਜ਼ਾ ਲੈ ਕੇ ਜਾਓ ਇਹ ਰਾਜਿੰਦਰ ਦਹੀਆ ਨਾਂ ਦਾ ਆਦਮੀ ਫਰੋਡ ਇਹਦਾ ਕੋਈ ਲਿੰਕ ਨਹੀਂ ਕਿਸੇ ਬੈਂਕ ਦੇ ਨਾਲ
सेकंड तुसी देखो ये जरा नोटरी पब्लिक है, नोटरी पब्लिक जरा स्टैंप है जिन्हें इस एफिडेविट नू अटेस्ट किया है ओपी चौधरी दिल्ली। असी बहुत तरीके दे नाल ओपी चौधरी नू लभिया। ओपी चौधरी नू जदों इहदा फोटो खिंच के भेजा गया वट्सएप पर, उन्होंने कहा कि यह मेरा नहीं है जी। उन्होंने अपना सिग्नेचर भी, जो ऑथराइज सिग्नेचर उन्होंने सीगा, वो करके कापी करके उन्होंने सेंड किया कि ये मेरा है, ये मेरा नहीं है, किसी ने जाली किया हुआ। और ऐसे 1468 नंबर भी लगा। हाँ, नंबर सेम सीगा, लेकिन ये असी फिर पता कराया, ये हुण पुलिस करूगी। असी डीसी साहब नू सारा कुछ दे रहे हैं जी, ये सारा सिस्टम डीसी साहब दे हवाले कर रहे हैं कि जिस जेकर सिस्टम दे विच खराबी है तो तुसी अपने पधर ते करो, ठीक है कि नहीं। ये दरखास्त इन्हां वालों कल दे दी जाऊगी। वैसे डीसी साहब नू सारा कुछ दिखाया जा चुका है। अजकल तुहानू पता है कि ई स्टैंप चल रहा है। सानू ये पता लग्या कि जिस दिन ई स्टैंप शुरू होया तो इस तरीके का स्टैंप बंद हो रहा है, उस दिन किसी व्यक्ति ने बल्क दे विच पंजाब दे कई बैंकों के नाते स्टैंप खरीद लिया। वो एक व्यक्ति है, वो भी तुहानू पता लग जाएगा कि व्यक्ति कौन है, असी नाम नहीं ले रहे। हुण देखो कोई ना कोई व्यक्ति होगा जो इस केस नू लेके गया होगा एडीसी दी अदालत दे विच। तुसी केस फाइल करन वास्ते कोई ना कोई तो जाएगा ना जी, कोई वकील भी जाता है, कई बार लोग आप ही जाते हैं। ये विच एक वकील भी है, मैं भी वकील हाँ, लेकिन अपना एक वकील है जो कि लेके गया है। आज देखो ना वकील का पता है, ना इस ऑथराइज्ड ऑफिसर का पता लग रहा है जी। असी कह रहे हैं कि देखो तुहाडी कोठी है, तुसी अदालत का ऑर्डर लिया है तो तुसी आओ कब्जा लेके जाओ, लेकिन उन्होंने पता लग गया कि यह हुण काम सौखा नहीं है। जेकर बंदा कमजोर हुंदा है तो डरा के तुरंत कोठी ते कब्जा कर लेंदे ने, जां रजिस्ट्री करवा लेंदे ने, गैंगस्टर भेजदे ने जी। इन्हां नू भी कोशिश की गई गैंगस्टरां दे राहीं डराउण दी, लेकिन इन्हां ने पहला ही मैनू अप्रोच कर लिया सी। मैं कहा कि लड़ना है जी, डरना नहीं है जी, लड़ना है डरना नहीं है। ये सवेर तो शाम तक मेरे वास्ते कैंपेनिंग करदे सी, जदों ये कदे भी पॉलिटिक्स दे विच, मतलब सारे ही अमृतसर दे लोग जिन्हां ने कदे भी पॉलिटिक्स नहीं कीती, मेरे वास्ते देखो कैंपेनिंग कीती। तो मेरा की फर्ज बनता है, जदों मैं MLA बन गया तो इन्हां दा प्रोटेक्शन करना मेरा फर्ज बनता है। तो तुसी देखो इंप्रूवमेंट ट्रस्ट तो असी रिकॉर्ड कढ़वाए जी। आ देखो इंप्रूवमेंट ट्रस्ट दा रिकॉर्ड है, A to Z रिकॉर्ड। अब आज मान लो जेकर असी चैलेंज भी कर रहे हैं ना कि देखो तुसी ऑर्डर लेके आए हो, आ जाओ कब्जा लेके जाओ, बंदा नहीं आ रहा है, क्योंकि टोटल एक करदे की ने कि डरा के गैंगस्टरां नू भेज के डरा के जां तां कोठी दा वो रजिस्ट्री करवा लेंदे ने, जां बैंक नू कब्जा दिलवा देंदे ने। इस तरीके दा ये रैकेट है। सेकंड देखोगे तुसी कि एक अकेला केस नहीं है, इत्थे होर भी बहुत सारे लोग आए ने, जां कईयां दा रिकॉर्ड साडे कोल है। दो दिन पहला 164B नंबर कोठी आनंद अभिनव कब्जा हो गया जी, कब्जा करा दिता गया ऐसे तरीके दे नाल। वो बाद दे विच साडी नोटिस दे विच गल आई है, मतलब हफ्ते दे विच एवरेज 2-3 केस इस तरह दे हो रहे ने अमृतसर दे विच। फिर लोग कहते हैं कि क्यों लोग भज के जा रहे हैं जी पंजाब नू छड़ के, तो एक वजह यह भी है, बाकी कई कारण ने, लेकिन किसी की प्रोपर्टी, किसी का प्लॉट, किसी का मकान सेफ नहीं है जी। आज असी खड़ गए हाँ जी, इतने आओ जी, आओ साढ़े सामने तो आओ, तुसी हो कौन। लेकिन देखो अदालत का ADC की अदालत का ऑर्डर, जो तो यह सारी चीज़ असी ADC की अदालत के सामने असी गल रखी तो ADC ने स्टे कर दिता जी, ADC ने स्टे कर दिता। इस वेले स्टे है, हालांकि स्टे 2 महीने का सीगा, लेकिन उन्होंने पता लग गया कि इतने तो दाल दे विच काला है। फिर तुसी देखो जो उन्होंने पुलिस नू ऑर्डर किया सी, सारा किया सी, वो सारा उन्होंने विथड्रॉ कर लिया, ठीक है। लेकिन सब तो बड़ी गल है कि कोई जाली कागज लगा के किसी
ਕਿਸੇ ਵੀ ਰੈਵਨਿਊ ਕੋਰਟ ਤੋਂ ਜਾਂ ਮੈਜਿਸਟ੍ਰੇਟ ਦੀ ਕੋਰਟ ਤੋਂ ਆਰਡਰ ਕਿਸ ਤਰ੍ਹਾਂ ਲੈ ਸਕਦਾ ਹੈ ਜੀ? ਉਹਨਾਂ ਦਾ ਕੰਮ ਨਹੀਂ ਬਣਦਾ ਸੀ ਕਿ ਜੋ ਬੰਦਾ ਆ ਰਿਹਾ ਹੈ ਉਸਦੀ ਆਈਡੈਂਟੀਟੀ ਵੈਰੀਫਾਈ ਕਰਦੇ ਕਿ ਇਹ ਬੰਦਾ ਉਹ ਹੈ ਕਿ ਨਹੀਂ, ਨੋਟਰੀ ਪਬਲਿਕ ਦਾ ਜੋ ਸਿਗਨੇਚਰ ਹੈ ਸਰਟੀਫਿਕੇਸ਼ਨ ਹੈ ਉਹ ਸਹੀ ਹੈ ਕਿ ਨਹੀਂ, ਇੱਥੇ ਜੋ ਸਿਗਨੇਚਰ ਹੈ ਸਿਗਨੇਚਰ ਅਸੀਂ ਲਭ ਲਿਆ, ਡੀ ਸੀ ਸਾਹਿਬ ਦੀ ਨੋਟਿਸ ਦੇ ਵਿੱਚ ਹਰ ਚੀਜ਼ ਅਸੀਂ ਲਿਆ ਦਿੱਤੀ ਏ ਟੂ ਜੈਡ ਬਤੌਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਇਹ ਗਏ ਸੀਗੇ, ਮੈਂ ਉਹਨਾਂ ਨੂੰ ਫੋਨ ਕਰਕੇ ਟਾਈਮ ਲਿਆ ਸੀ, ਇਹ ਗਏ ਸੀ ਜਾ ਕੇ ਇਹ ਸਾਰਾ ਕੁਛ ਸਮਝਾਏ ਨੇ। ਹੁਣ ਇਹ ਹੈ ਕਿ ਦੇਖੋ ਇਹ ਜਿਹੜਾ ਲੈਂਡ ਮਾਫੀਆ ਹੈ, ਬੈਂਕ ਮਾਫੀਆ ਹੈ ਜਾਂ ਉਹਨਾਂ ਦੇ ਕਰਿੰਦੇ ਨੇ, ਇਹਨਾਂ ਨੂੰ ਸਬਕ ਸਿਖਾਉਣਾ ਹੈ ਜੀ, ਤਾਂ ਜੋ ਇਸ ਤਰੀਕੇ ਦਾ ਜੋ ਰੋਜ਼ਾਨਾ ਤੌਰ 'ਤੇ ਹੋ ਰਿਹਾ ਹੈ ਇਹ ਸਾਰਾ ਸਿਸਟਮ ਬੰਦ ਕਰਨਾ ਹੈ। ਦਿੱਲੀ ਆ ਜਾਓ ਜੀ, ਅਸੀਂ ਜਦੋਂ ਲੋਕਲ ਕੋਟਕ ਮਹਿੰਦਰਾ ਦੇ ਵਿੱਚ ਗੱਲ ਕਰਦੇ ਹਾਂ ਉਹ ਕਹਿੰਦੇ ਨੇ ਕਿ ਹਾਂ ਜੀ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਇੰਪਲਾਈ ਨਹੀਂ ਹੈ ਜੀ। ਅਤੇ ਤੁਹਾਡਾ ਦਫ਼ਤਰ ਕਿੱਥੇ ਹੈ ਜੀ? ਉਹ ਦਫ਼ਤਰ ਦਾ ਐਡਰੈਸ ਨਹੀਂ ਦਿੰਦਾ, ਤੁਸੀਂ ਆਪਣਾ ਕੋਈ ਵਿਜ਼ਿਟਿੰਗ ਕਾਰਡ ਹੋਵੇ ਦਿਖਾ ਦਿਓ, ਵਿਜ਼ਿਟਿੰਗ ਕਾਰਡ ਨਹੀਂ ਦਿੰਦਾ ਹੈ, ਕੁਛ ਨਹੀਂ ਕਿ ਤੁਸੀਂ ਇੱਧਰ ਆ ਜਾਓ, ਹੈ ਦਬਕਾ ਦਬਕਾ ਸਾਰਾ ਨਹੀਂ। ਦੇਖੀਏ ਇਹ ਤਾਂ ਡੀ ਸੀ ਸਾਹਿਬ ਨੇ ਜੋ ਕਰਨਾ ਹੈ, ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਕੀ ਕਰਨਾ ਹੈ ਉਹ ਤਾਂ ਉਹਨਾਂ ਨੇ ਵੇਖਣਾ ਹੈ ਜੀ, ਇਹ ਹੋ ਕੀ ਰਿਹਾ ਹੈ। ਔਰ ਜੇਕਰ ਅੰਮ੍ਰਿਤਸਰ ਦੇ ਵਿੱਚ ਹੋਵੇ ਇਸ ਤਰੀਕੇ ਦਾ ਕੰਮ ਤਾਂ ਦੇਖੋ ਲੋਕ ਉਹਦਾ ਨਕਲ ਦੇ ਦਿਓ ਫਾਈਲ ਦਾ। ਉੱਥੇ 50,000 ਦੀ ਡਿਮਾਂਡ ਕੀਤੀ ਗਈ ਸੀ, 50,000 ਦੀ ਡਿਮਾਂਡ ਲੈਣ ਵਾਸਤੇ ਇਹਨਾਂ ਦੇ ਘਰੇ ਵੀ ਆ ਗਏ ਸੀਗੇ, ਇਹ ਪੈਸਾ ਦੇ ਵੀ ਸਕਦੇ ਸੀ, ਲੇਕਿਨ ਇਹਨਾਂ ਨੇ ਕੀ ਕੀਤਾ, ਵਿਜੀਲੈਂਸ ਬਿਊਰੋ ਨੂੰ ਅਪਰੋਚ ਕੀਤਾ। ਐਤਵਾਰ ਵਾਲਾ ਦਿਨ ਸੀ, ਜਦਕਿ ਐਤਵਾਰ ਵਾਲੇ ਛੁੱਟੀ ਦੇ ਦਿਨ ਫਾਈਲ ਮੁਲਾਜ਼ਮਾਂ ਦੇ ਘਰੇ ਪਈ ਹੋਈ ਸੀ, ਤਾਂ ਇਹਨਾਂ ਨੇ ਵਿਜੀਲੈਂਸ ਬਿਊਰੋ ਨੂੰ ਅਪਰੋਚ ਕੀਤਾ। ਜਦੋਂ ਉਹ ਪੈਸੇ ਲੈਣ ਵਾਸਤੇ ਆਏ ਤਾਂ ਉਹ ਰੰਗੇ ਹੱਥੀ ਫੜੇ ਗਏ ਜੀ, ਇੰਪਰੂਵਮੈਂਟ ਟਰੱਸਟ ਦੇ। ਇਹਦਾ ਨਾਂ ਵੀ ਮੈਂ ਤੁਹਾਨੂੰ ਦੱਸ ਦੇਣਾ ਹਾਂ, ਦਿਨੇਸ਼ ਖੰਨਾ ਕਲਰਕ ਹੈ ਜਿਸ ਦੀ ਗ੍ਰਿਫਤਾਰੀ ਹੋਈ ਹੈ, ਉਸ ਤੋਂ ਬਾਅਦ ਹੋਰ ਕਈ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ। ਮੇਰਾ ਇਹ ਕਹਿਣਾ ਹੈ ਇੰਪਰੂਵਮੈਂਟ ਟਰੱਸਟ ਓਰਿਜਿਨਲ ਫਾਈਲ ਉਹਦੇ ਘਰੋਂ ਮਿਲੀ। ਹੁਣ ਦੇਖੋ ਇੰਪਰੂਵਮੈਂਟ ਟਰੱਸਟ, ਮਾਫੀਆ, ਬੈਂਕ, ਗੈਂਗਸਟਰਸ ਇਹ ਸਾਰੇ ਰਲ ਕੇ ਇਹ ਸਭ ਕੁਛ ਕਰਦੇ ਨੇ ਜੀ, ਲੇਕਿਨ ਹੁਣ ਦੇਖੋ ਹੁਣ ਅਸੀਂ ਸਾਹਮਣੇ ਆ ਗਏ ਜੀ। ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਦਾ ਪ੍ਰੋਬਲਮ ਹੋਊਗਾ ਅਸੀਂ ਫਰੀ ਆਫ ਕੋਸਟ ਲੀਗਲ ਅਸਿਸਟੈਂਸ ਦੇਵਾਂਗੇ, ਅਤੇ ਹਰ ਤਰੀਕੇ ਦੇ ਨਾਲ ਸਰਕਾਰੀ ਤੌਰ 'ਤੇ ਉਸ ਵਿਅਕਤੀ ਨੂੰ ਸੁਵਿਧਾ ਦਿੱਤੀ ਜਾਊਗੀ, ਔਰ ਜੋ ਪ੍ਰੋਪਰਟੀ ਹੈ ਪ੍ਰੋਪਰਟੀ ਦਾ ਬਚਾਓ ਕੀਤਾ ਜਾਊਗਾ ਜੀ। ਹੁਣ ਤੱਕ ਸਰ ਕਿੰਨੇ ਨਾਮ ਸਾਹਮਣੇ ਆ ਗਏ? ਇਸ ਰੈਕਟ ਦੇ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਸੁਸਾਈਡ ਵੀ ਕਰ ਲਿਆ ਹੈ। ਉਹਨਾਂ ਦੇ ਪਰਿਵਾਰ ਦਾ ਜੇਕਰ ਹਾਲ ਦੇਖੋਗੇ ਨਾ, ਕੁਛ ਲੋਕ ਹੁੰਦੇ ਨੇ ਤੁਹਾਨੂੰ ਪਤਾ ਹੈ ਕਿ ਮਤਲਬ ਕੁਛ ਲੋਕ ਹੁੰਦੇ ਨੇ ਜਿਹਨਾਂ ਦੀ ਸ਼ਮੂਲੀਅਤ ਹੁੰਦੀ ਹੈ ਜੀ, ਇਹ ਰਾਜੀ ਖੁਸ਼ੀ ਸਾਰਾ ਚੱਲਦਾ ਹੈ, ਇਹ ਰੈਕਟ ਹੈ। ਔਰਗੇਨਾਈਜ਼ਡ ਕ੍ਰਾਈਮ ਕਦੇ ਵੀ ਪ੍ਰਸ਼ਾਸਨ ਪੁਲਿਸ ਦੀ ਮਦਦ ਜਾਂ ਇਨਵੋਲਵਮੈਂਟ ਤੋਂ ਬਗੈਰ ਹੋ ਹੀ ਨਹੀਂ ਸਕਦਾ ਹੈ। ਤਾਂ ਕੁਛ ਹੁੰਦੇ ਨੇ ਕੁਛ ਲੋਕ ਜਿਹਨਾਂ ਦੀ ਇਹਦੇ ਵਿੱਚ ਸ਼ਮੂਲੀਅਤ ਹੈ, ਲੇਕਿਨ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਾਰਾ ਚੀਜ਼ ਹੁਣ ਡੀ ਸੀ ਸਾਹਿਬ ਆਪਣੇ ਪੱਧਰ 'ਤੇ ਦੇਖੋ। ਪੋਲੀਟੀਕਲ ਤਾਂ ਹੈ ਹੀ, ਲੇਕਿਨ ਉਹ ਪੋਲੀਟੀਸ਼ੀਅਨ ਹੁਣ ਸਾਰੇ ਹਾਰ ਕੇ ਬਹਿ ਗਏ ਨੇ ਜੀ, ਹਾਰ ਕੇ ਬਹਿ ਗਏ ਨੇ, ਲੇਕਿਨ ਅੰਦਰ ਖਾਤੇ ਸ਼ੁਰੂ ਹੋ ਰਿਹਾ ਹੈ। ਦੇਖਣਾ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦਾ ਬਿਆਨ ਆਊਗਾ, ਜਿਹਨਾਂ ਨੂੰ ਜਿਹਨਾਂ ਦਾ ਨੁਕਸਾਨ ਹੋਊਗਾ ਉਹ ਜ਼ਰੂਰ ਬਿਆਨ ਦੇਣਗੇ ਕਿਸੇ ਤਰੀਕੇ ਦੇ ਨਾਲ, ਲੇਕਿਨ ਹੁਣ ਤਾਂ ਇਹ ਹੈ ਕਿ ਅਸੀਂ ਵੀ ਖੜ ਚੁੱਕੇ ਹਾਂ ਜੀ। ਜਦੋਂ ਲੋਕਾਂ ਨੇ ਮੈਨੂੰ ਵੀ MLA ਬਣਾ ਦਿੱਤਾ, ਇੰਨਾ ਪਾਵਰ ਦੇ ਦਿੱਤਾ, ਤਾਂ ਅਸੀਂ ਲੋਕਾਂ ਵਾਸਤੇ ਖੜ ਜਾਣਾ ਹੈ ਜੀ। ਔਰ ਇੱਕ ਵੀ ਪ੍ਰੋਪਰਟੀ ਇਸ ਤਰੀਕੇ ਦੀ ਜੋ ਹੈ ਜਾਂ ਕੋਈ ਵੀ ਜੋ ਜਿੱਥੇ ਗਲਤ ਕੰਮ ਹੋ ਰਿਹਾ ਹੈ ਜੀ, ਉੱਥੇ ਅਸੀਂ ਖੜਾਂਗੇ ਜੀ, ਔਰ ਸਾਰਿਆਂ ਦੀ ਮਦਦ ਕਰਾਂਗੇ ਜੀ। ਸਰ ਮੇਰੀ ਡਿਮਾਂਡ ਇਹੋ ਹੀ ਹੈ ਕਿ ਜਿਹੜਾ ਮੈਂ ਇਹ ਤਾਂ ਮੇਰੇ 'ਤੇ ਲੋਨ ਨਹੀਂ ਸੀ ਹੈਗਾ, ਜਿਹਨਾਂ ਲੋਕਾਂ 'ਤੇ ਲੋਨ ਹੈਗਾ ਉਹਨਾਂ ਨਾਲ ਕੀ ਬੀਤਦੀ ਪਈ ਹੈ, ਇਹ ਤਾਂ ਮੈਂ ਬੜੀ ਨਜ਼ਦੀਕੋਂ ਉਹਨਾਂ ਬੰਦਿਆਂ ਨੂੰ ਵੀ ਮਿਲ ਚੁੱਕਾ ਜਿਹਨਾਂ 'ਤੇ ਲੋਨ ਉਹਨਾਂ ਨੇ, ਜੇ ਕੋਈ ਗਰੀਬ ਆਦਮੀ ਲੋਨ ਲੈ ਵੀ ਲੈਂਦਾ ਇਸ ਕਰਕੇ ਨਹੀਂ ਲੈਂਦਾ, ਜੇ ਮੈਂ 1,00,000 ਰੁਪਈਆ ਲਿਆ ਤੇ ਮੇਰੀ 10,00,000 ਕਰੋੜ ਦੀ ਕੋਠੀ ਹੋ ਗਈ ਆ, ਤੇ ਬੈਂਕ ਵਾਲੇ ਉਹ ਕੋਠੀ ਉਹ ਖਾ ਜਾਣ, ਤੇ ਉਹ 1,50,000,000 'ਚ ਹੀ ਕੋਠੀ ਖਾ ਜਾਣ, ਉਹ ਕੰਮ ਨਹੀਂ ਹੋਣਾ ਚਾਹੀਦਾ। ਔਰ ਇਹ ਜਿਹੜਾ ਮੈਨੂੰ ਮੇਰਾ ਮੱਥਾ ਉੱਤੋਂ ਥੰਕਿਆ, ਜਿਹੜਾ ਇੱਕ ਹਾਇਰ ਆਫਿਸਰ ਵੀ ਕਿਹੜੇ ਹੈਗੇ ਆ, ਉਹ ਇਹ ਵੇਖਦੇ ਹੀ ਨਹੀਂ ਕਿ ਜਿਹੜਾ ਅਸੀਂ ਸਾਈਨ ਕਰਦੇ ਪਏ ਹਾਂ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਵੀ ਬਣਦੀ ਆ ਉਹਨਾਂ ਦੀ, ਅੰਮ੍ਰਿਤਸਰ ਦੇ ਬੰਦੇ ਰਹਿਣ ਵਾਲੇ ਜਿਹਨਾਂ ਨੇ ਮੈਨੂੰ ਕੋਠੀ ਵੇਚੀ, ਔਰ ਜਿਹੜੇ ਬੰਦੇ ਨੂੰ ਇਹ ਸਾਰੀ ਗੇਮ ਦਾ ਪਤਾ,
ਉਹਨੂੰ 6 ਮਹੀਨੇ ਪਹਿਲੇ ਦਾ ਪਤਾ ਹੈ। ਉਹ ਮੇਰੇ ਨਾਲ 20 ਵਾਰੀ ਇਸ ਗੱਲ ਤੇ ਪੈਸੇ ਬਾਰੇ ਕਹਿ ਚੁੱਕਾ, ਪਰ ਮੈਂ ਕਿਹਾ ਮੈਂ ਨਹੀਂ ਦੇਣਾ। ਇਹ ਮੈਂ ਚਿੱਟੀ ਪੱਗ ਜਿਹੜੀ ਪਾਈ ਦੀ ਆ ਨਾ ਜੀ, ਇਹ ਮੈਨੂੰ 5 ਮਹੀਨੇ ਹੋ ਗਏ, ਮੈਂ ਕਦੀ ਅੱਜ ਦਿਨ ਦਾ ਚਿੱਟੀ ਪੱਗ ਨਹੀਂ ਸੀ ਪਾਈ। ਮੈਂ ਘਰਦਿਆਂ ਨੂੰ ਕਿਹਾ, ਇਹਨਾਂ ਨੇ ਮੈਨੂੰ ਇੰਨੀਆਂ ਧਮਕੀਆਂ ਦਿੱਤੀਆਂ ਮਾਰਨ ਦੀਆਂ, ਉਹ ਜਦੋਂ ਸਾਹਮਣੇ ਆਉਣਗੇ ਨਾ ਤੁਸੀਂ ਸਾਰੇ ਉਹਨਾਂ ਕੋਲ ਪੁੱਛ ਲੈਣਾ। ਇੱਥੋਂ ਤੱਕ ਉਹਨੇ ਮੈਨੂੰ ਧਮਕੀਆਂ ਦਿੱਤੀਆਂ, ਇੱਕ ਜਾਤੀ ਸੂਚਕ ਸ਼ਬਦ ਕਹਿ ਕੇ ਕਿ ਮੈਂ ਪ੍ਰਧਾਨ ਹਾਂ ਅਤੇ ਤੇਰਾ ਉਹ ਹਾਲ ਕਰਾਂਗਾ, ਜਾਂ ਪੱਗ ਤੂੰ ਕੱਛੇ ਪਾ ਕੇ ਤੁਰੇਗਾ, ਤੇਰੇ 'ਤੇ ਜਨਾਨੀਆਂ ਭੇਜ ਦਾਂਗਾ, ਉਹ ਤੈਨੂੰ ਫੜਾ ਦੇਣਗੀਆਂ। ਇੰਨੀਆਂ ਕੁ ਧਮਕੀਆਂ, ਅਤੇ ਮੈਂ ਘਰਦਿਆਂ ਨੂੰ ਇਹੋ ਹੀ ਕਿਹਾ ਸੀ ਕਿ ਜੇ ਮੈਨੂੰ ਕੁਛ ਹੋ ਜਾਵੇ ਤਾਂ ਇਹੋ ਹੀ ਪੱਗ ਉੱਤੇ ਪਾ ਦੇ। ਮੈਨੂੰ ਨਾਮ ਜਿਹੜਾ ਹੈਗਾ ਇਹ ਕੱਲ੍ਹ DC ਸਾਹਿਬ ਦੱਸ ਦੇਣਗੇ, ਕਿਉਂਕਿ DC ਸਾਹਿਬ ਨੂੰ ਇਹ ਚੀਜ਼ਾਂ ਦਾ ਪੂਰਾ ਅਸੀਂ ਜਾਣਕਾਰੀ ਦੇ ਦਿੱਤੀ ਹੈ। ਔਰ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਾਂਗਾ, ਇਹ ਜਿਹੜਾ ਨਾ ਮੈਨੂੰ ਕੋਈ ਥਰੈਟ ਨਹੀਂ ਹੈ, ਕੋਈ ਥਰੈਟ ਇਹ ਜਿਸਲੇ ਤੁਹਾਨੂੰ ਸਾਫ਼ ਹੀ ਦੱਸਣਗੇ ਜੀ, ਇਹ ਪ੍ਰਸ਼ਾਸਨ ਦਾ ਕੰਮ ਹੈ ਜੀ, ਕਿਉਂਕਿ ਮਾਫੀਆ ਪਰਸਤੀ ਜੇਕਰ ਚੱਲ ਰਹੀ ਹੈ ਨਾ ਤਾਂ ਮਾਫੀਆ ਨੂੰ ਸਾਹਮਣੇ ਲਿਆਉਣ, ਅਸੀਂ ਤਾਂ ਡਿਸਕਲੋਜ਼ ਕਰ ਦਿੱਤਾ, ਹਰੇਕ ਵਿਅਕਤੀ ਦਾ ਨਾਮ ਪੁਲਿਸ ਤੇ ਪ੍ਰਸ਼ਾਸਨ ਦੱਸੂਗਾ ਤੇ ਕਾਰਵਾਈ ਕਰੂਗਾ, ਔਰ ਅਸੀਂ ਟਾਈਮ ਟੂ ਟਾਈਮ ਸੁਣੋ ਟਾਈਮ ਟੂ ਟਾਈਮ ਤੁਹਾਡੇ ਸਾਹਮਣੇ ਆਵਾਂਗੇ, ਤੁਸੀਂ ਚਿੰਤਾ ਨਾ ਕਰੋ। ਪਰ ਜੇ ਕੱਲ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ, ਕੋਈ ਨੁਕਸਾਨ ਨਹੀਂ ਕਰ ਸਕਦਾ ਜੀ, ਮੈਂ ਖੜਾ ਹਾਂ ਇਹਨਾਂ ਦੇ ਨਾਲ ਜੀ, ਮੈਂ ਖੜਾ ਹਾਂ ਇਹਨਾਂ ਦੇ ਨਾਲ। ਪੁੱਛੋ ਕੀ ਡਿਮਾਂਡ, ਮੇਰੀ 3 ਮਹੀਨੇ ਫਾਈਲ ਜਿਹੜੀ ਹੈ ਉਹ ਮਿਲੀ ਨਹੀਂ, ਮੇਰੇ ਵਕੀਲ ਤੜਫਦੇ ਰਹੇ ਚੰਡੀਗੜ੍ਹ ਵੀ, ਕੋਈ ਫਾਈਲ ਉਹ ਲੈ ਕੇ ਆਓ ਤਦ ਹੀ ਅਸੀਂ ਕੁਛ ਲੜਾਂਗੇ ਕੇਸ। ਤੇ ਫਾਈਲ ਨੂੰ 3 ਮਹੀਨੇ ਉਹ ਬੰਦੇ ਨੇ ਆਪਣੇ ਘਰ ਰੱਖਿਆ, ਤੇ ਸਰ ਨੂੰ ਮੈਂ ਕਿਹਾ ਮੇਰੀ ਪ੍ਰੋਬਲਮ ਹੈ ਇਹ ਸਰ ਦੇ ਕਰਕੇ, ਉਹਦੇ ਘਰੋਂ ਐਤਵਾਰ ਫਾਈਲ ਨਿਕਲੀ, ਮੇਰੀ ਇਕੱਲੇ ਦੀ ਫਾਈਲ ਨਹੀਂ, ਹੋਰ ਵੀ ਕਈ ਫਾਈਲਾਂ ਤੋਂ ਵਿਜੀਲੈਂਸ ਬਿਊਰੋ ਨੇ ਕੱਢੀ, ਵਿਜੀਲੈਂਸ ਬਿਊਰੋ ਨੇ ਐਤਵਾਰ ਵਾਲੇ ਦਿਨ ਕੱਢੀ। ਅਸੀਂ ਸਿਸਟਮ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਜੀ, ਜਦੋਂ ਮੰਨ ਲਓ ਕੋਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਔਰ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਮੈਂ ਜਿੰਨੇ ਆਫੀਸਰ, ਕਈ ਇਹੋ ਜਿਹੇ ਵੱਡੇ ਆਫੀਸਰ ਨੂੰ ਵੀ ਮਿਲਿਆ, 100 ਦੇ ਵਿੱਚੋਂ 1 ਜਾਂ 2 ਇਹੋ ਜਿਹੇ ਮਿਲੇ ਆ ਜਿਹੜਾ ਮੇਰਾ ਦਰਦ ਨੂੰ ਸਮਝ ਗਏ, ਨਹੀਂ ਤਾਂ ਸਰ 98% ਉੱਪਰ ਨਹੀਂ ਦੇ ਸਮਝਦੇ ਕਿ ਵੀ ਕੀ ਬੰਦਾ ਦੇ ਮਜਬੂਰੀ ਆ ਤੇ ਕੀ ਉਹ ਬੰਦਾ ਕਰੇਗਾ। ਕੋਠੀ ਕੋਈ ਗੱਲ ਨਹੀਂ, ਜਾਨ ਰਹਿਣੀ ਚਾਹੀਦੀ ਆ। ਮੈਨੂੰ ਇੱਥੋਂ ਤੱਕ ਧਮਕੀਆਂ ਦਿੰਦੇ ਕਿ ਅੱਜ ਆ ਕੋਠੀ 4.5-5 ਕਰੋੜ ਦੀ, ਤੂੰ 2 ਕਰੋੜ ਲੈ ਲੈ, 2.5 ਕਰੋੜ, ਪਹਿਲੇ ਤਾਂ 1.5 ਕਰੋੜ ਸੀ, ਇਹ ਥੋੜੇ ਦਿਨਾਂ 'ਚ 2.5 ਕਰੋੜ ਤੇ ਆ ਗਏ ਆ। ਇਹ ਜਿਹੜਾ ਅਟੈਕ ਕੀਤਾ ਮੇਰੇ ਤੋਂ ਬਰਦਾਸ਼ਤੋਂ ਬਾਹਰ ਹੋ ਗਿਆ। ਮੈਂ ਕਿਹਾ ਹੁਣ ਭਾਵੇਂ ਜਾਨ ਜਾਂਦੀ ਜਾਵੇ, ਮੈਂ ਸਭ ਨੂੰ ਓਪਨ ਕਰਨਾ, ਕੋਈ ਮੈਨੂੰ ਲੋੜ ਨਹੀਂ। ਬਾਬਾ ਚੀਦਾ ਵਾਲਾ ਮੇਰੇ ਨਾਲ ਹੈ, ਜੋ ਵੀ ਕਰਨ ਵਾਲਾ, ਬਾਬਾ ਦੀਪ ਸਿੰਘ ਅੰਮ੍ਰਿਤਸਰ ਦੇ ਵਿੱਚ 2 ਜੋਤਾਂ ਜਗਦੀਆਂ, ਇੱਕ ਬਾਬਾ ਸ਼ਹੀਦਾਂ ਤੇ ਜਗਦੀ, ਇੱਕ ਸ਼ੀਤਲਾ ਮੰਦਰ ਜਲਦੀ ਕਾਲੀ ਮਾਤਾ ਜੀ ਦੀ ਜੋਤ, ਮੈਂ ਉੱਥੇ ਜਾ ਕੇ ਕਈ ਵਾਰੀ ਰਿਕੁਐਸਟ ਰੋਇਆ ਕਿ ਇਹ ਦੁਸ਼ਟ ਫੜੇ ਜਾਣ। ਉਹ ਮੈਨੂੰ ਮਾਤਾ ਰਾਣੀ ਨੇ ਪੂਰਾ ਰਾਤ ਨੂੰ ਸੁਪਨੇ ਕਿਹਾ ਕਿ ਕੋਈ ਫਿਕਰ ਨਾ ਕਰ, ਸਾਰੇ ਦੁਸ਼ਟ ਫੜੇ ਜਾਣ। 2 ਜੋਤਾਂ ਗਈਆਂ, ਮੈਂ ਤੁਹਾਡੇ ਕੈਮਰਾ ਸਾਹਮਣੇ ਕਹਿੰਦਾ ਕਿਸੇ ਨੂੰ ਦੁਸ਼ਟ ਝੰਬੜੇ ਹੋਣ, ਉੱਥੇ ਜਾ ਕੇ ਉੱਥੇ ਅਰਦਾਸ ਕਰੋ, ਤੁਹਾਨੂੰ ਕੋਈ ਨਾ ਕੋਈ ਕੁਵਰ ਵਿਜੇ ਪ੍ਰਤਾਪ ਸਿੰਘ ਜੀ ਵਰਗੇ ਬੰਦੇ ਜ਼ਰੂਰ ਮਿਲਣਗੇ। ਮੈਨੂੰ ਪੂਰਾ ਯਕੀਨ ਹੈ ਜੀ, ਮੇਰੇ ਕੋਲ ਇਹੋ ਜਿਹੇ ਸਬੂਤ ਹੈਗੇ ਆ ਕਿ ਪ੍ਰਸ਼ਾਸਨ ਜੇ ਤੁਸੀਂ ਨਾਲ ਹੋ ਜਾਓਗੇ ਮੈਂ ਤੁਹਾਨੂੰ ਸਬੂਤ ਆਵਾਂਗਾ। ਪ੍ਰਸ਼ਾਸਨ ਦੀ ਕੀ ਮਜਾਲ ਹੈ ਕਿ ਉਹ ਇਹ ਮੇਰੇ ਨਾਲ ਗਲਤ ਕਰ ਜਾਵੇ, ਜੇ ਤੁਸੀਂ ਇਹਨੂੰ ਪੂਰਾ ਜਿਹੜੀ ਨਿਸ਼ਚੈ ਮੇਰੇ ਵਾਸਤੇ ਵੀ ਲੜੋ, ਆਮ ਪਬਲਿਕ ਵਾਸਤੇ, ਸਾਰੀ ਦੁਨੀਆ ਦੁਖੀ ਹੈ, ਮੈਂ ਇਕੱਲਾ ਨਹੀਂ, ਸਾਰਾ ਹਿੰਦੁਸਤਾਨ ਇਸ ਚੀਜ਼ ਤੋਂ ਤੰਗ ਹੈ। ਅੱਜ ਤੁਸੀਂ ਜਾ ਕੇ ਵੇਖੋ ਬੈਂਕਾਂ ਦੇ ਜਿਹੜੇ ਮੁਲਾਜ਼ਮ ਕਿੱਡੇ ਕਿੱਡੇ ਦੌਲਤਾਂ, ਕਿੰਨਾ ਕੁਛ ਉਹਨਾਂ ਕੋਲ ਐਸੇ ਚੀਜ਼ਾਂ ਤੋਂ ਬਣ ਗਏ। ਅਸੀਂ ਦੇਖੋ ਜਿੰਨੇ ਵੀ ਮਾਫੀਆ ਨੇ, ਖਾਸ ਕਰ ਬੈਂਕਾਂ ਨੇ ਜਿਹੜੇ ਕਰਿੰਦੇ ਰੱਖੇ ਹੋਏ ਨੇ, ਬਦਮਾਸ਼ ਰੱਖੇ ਹੋਏ ਨੇ, ਉਹ ਸਾਰਾ ਅਸੀਂ ਉਜਾਗਰ ਕਰਨਾ ਹੈ। ਬੈਂਕਾਂ ਦਾ ਤੁਸੀਂ 2 ਚਿਹਰਾ ਵੇਖਦੇ ਹੋ, ਜਦੋਂ ਲੋਨ ਦੇਣਾ ਹੁੰਦਾ ਹੈ ਨਾ ਤਾਂ ਤੁਹਾਡੇ ਕੋਲ ਜਾ ਕੇ ਉਹਨਾਂ ਦਾ ਐਡਵਰਟਾਈਜ਼ਮੈਂਟ ਦੇਖੋ ਜੀ, ਉਹਨਾਂ ਨੇ ਦੇਖੋ ਯੰਗ ਮਤਲਬ ਐਗਜੀਕਿਊਟਿਵਸ ਰੱਖੇ ਹੋਏ ਨੇ ਕਿ ਲੋਨ ਲੈ ਲਓ ਜੀ, ਇਹ ਬਹੁਤ ਸੌਖਾ ਲੋਨ ਹੈ, ਇਹ ਹੈ ਉਹ ਹੈ, ਇੱਕ ਕਾਗਜ਼ ਦੇ ਦਿਓ ਲੋਨ ਲੈ ਲਓ। ਲੇਕਿਨ ਉਸ ਤੋਂ ਬਾਅਦ ਮਾਫੀਆ ਦੇ ਹਵਾਲੇ ਕਰ ਦਿੰਦੇ ਨੇ। ਜਿਨ੍ਹਾਂ ਨੇ ਇੱਕ ਵਾਰੀ ਲੋਨ ਲੈ ਲਿਆ ਨਾ ਜੀ, ਉਹ ਮਾਫੀਆ ਦੇ ਹਵਾਲੇ ਚਲਾ ਜਾਂਦਾ, ਉਹਦੀ ਸਾਰੀ ਪ੍ਰੋਪਰਟੀ ਚਲੀ ਜਾਂਦੀ ਹੈ। ਅਤੇ ਹੌਲੀ ਹੌਲੀ ਦੇਖੋ ਸਾਰਾ ਕੁਛ ਸਾਹਮਣੇ ਆ ਜਾਣਾ ਹੈ, ਔਰ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਮਾਫੀਆ ਦਾ ਸਫਾਇਆ ਹੋਣਾ। ਥੈਂਕ ਯੂ।